ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਇਹਨਾਂ ਦਾ ਯਾਰ ਇਹਨਾਂ ਦਾ ਸਿਰਫ ਇਹ ਸਿਆਸਤ ਕਰਨਾ ਚਾਹੁੰਦੇ ਆ ਜਿਹੜੇ ਖਤਮ ਹੋ ਗਏ। ਪਰ ਮੈਂ ਉਸ ਸਿਆਸਤ ਨੂੰ ਇਹਨਾਂ ਦੀ ਚੱਲਣ ਨਹੀਂ ਦੇਣੀ। ਮੈਂ ਇਸ ਵਾਰ ਜਦੋਂ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ, ਉਹਨਾਂ ਨੇ ਇਹ ਗੱਲ ਹਰਸਿਮਰਤ ਨੂੰ ਪਹਿਲਾਂ ਤਾਂ ਕਿਹਾ ਵੀ ਜੇ ਇੱਥੇ ਬਹਿ ਜਾਓ। ਬਹਿਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਜੇ ਮੈਂ ਉਰੇ ਬੈਠਾ ਹੁੰਦਾ ਬੀਬੀ, ਜੇ ਮੇਰੇ ਹੁੰਦੇ ਗੱਲ ਕਰਦੀ, ਮੈਂ ਹਾਊਸ 'ਚੋਂ ਬੋਲਣ ਨਾ ਦਿੰਦਾ, ਨਹੀਂ ਐਕਸਪੰਜ ਕਰਾਉਂਦਾ ਵਰਡ। ਕਿਉਂ ਉਹਨਾਂ ਨੇ ਕਿਹਾ ਉਹ ਮੇਰੇ ਕੀ ਲੱਗਦੇ ਆ ਜਾਂ ਹੋਰ ਮੇਰਾ ਕੀ ਕੋਈ ਲੱਗਦਾ। ਇਸ ਕਰਕੇ ਚਾਹੇ ਕੋਈ ਕੋਰਟ ਆ, ਲੋਅਰ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ, ਚਾਹੇ ਵਿਧਾਨ ਸਭਾ, ਚਾਹੇ ਪਾਰਲੀਮੈਂਟ ਆ, ਚੱਲਦੀ ਤਾਂ ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ ਨਾਲ ਨਾ, ਹੋਰ ਤਾਂ ਕੋਈ ਚੀਜ਼ ਨਹੀਂ ਚਲਾਉਂਦੀ ਇਸ ਦੇਸ਼ ਨੂੰ, ਕਾਨੂੰਨ ਹੀ ਚਲਾਉਂਦਾ ਨਾ। ਅਤੇ ਜਿਹੜਾ ਕਾਨੂੰਨ ਹੀ ਨਹੀਂ ਮੰਨੂਗਾ ਉਹਨੂੰ ਹਰ ਬੰਦਾ ਉਹਨੂੰ ਗਲਤ ਕਹੂਗਾ। ਹੁਣ ਗੱਲ ਤਾਂ ਇੰਨੀ ਆ ਵੀ ਕੋਈ ਵੀ ਬੰਦਾ ਕਤਲ ਕਰ ਦਿੰਦਾ, ਕੋਈ ਵੀ ਬੰਦਾ ਰੇਪ ਕਰ ਦਿੰਦਾ, ਉਹਨੂੰ ਸੁਪਰੀਮ ਕੋਰਟ ਤੱਕ ਸਜ਼ਾ ਹੋ ਜਾਂਦੀ ਹੈ ਇੱਕ। ਹੁਣ ਜੇ ਉਹਦੀ ਸਜ਼ਾ, ਉਹਨੇ ਕਿਹਾ ਵੀ ਮੈਂ ਆਪਣੀ ਸਜ਼ਾ ਮਾਫ਼ੀ ਮੰਗਣੀ ਆ, ਵੀ ਮੈਂ ਆਪਣੀ ਸਜ਼ਾ, ਮੈਨੂੰ ਮਾਫ਼ ਕਰ ਦਿਉ, ਮੇਰੇ ਤੋਂ ਗਲਤੀ ਹੋ ਗਈ, ਉਹ ਬੰਦਾ ਰਾਸ਼ਟਰਪਤੀ ਕੋਲ ਪਾਊਗਾ ਨਾ। ਬਹੁਤ ਜਾਂ ਪਾਉਂਦੇ ਆ ਲੋਕ ਮਰਸੀ ਪਟੀਸ਼ਨ, ਦਿਆ ਯਾਚਿਕਾ। ਹੁਣ ਉਹ 'ਚ ਇਹ ਆ ਵੀ ਜੇ ਕੋਈ ਪਾਊਗਾ, ਉਹ ਆਪ ਪਾਊਗਾ ਵੀ ਮੇਰੇ ਤੋਂ ਗਲਤੀ ਹੋ ਗਈ ਜੀ, ਮੈਂ ਸਭ ਦੇਸ਼ ਦੇ ਸੰਵਿਧਾਨ ਕਾਨੂੰਨ ਨੂੰ ਮੰਨਦਾ, ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰੂੰਗਾ। ਇਹ ਕਰੂਗਾ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂ ਆਪ ਕਰੇ, ਜਾਂ ਉਹਦੇ ਪਰਿਵਾਰ ਕਰੇ, ਜਾਂ ਵਕੀਲ ਕਰੇ। ਤੀਜਾ ਪਾਸੇ ਕੋਈ SGPC ਜਾਂ NGO ਕਰਨ, ਉਹਦਾ ਕੀ ਮਤਲਬ ਆ, ਪਛਤਾਵਾ ਕੀ ਹੋਇਆ। ਮੈਂ ਤਾਂ ਅਸੀਂ ਤਾਂ ਇੰਨਾ ਵੀ ਨਹੀਂ ਕਹਿੰਦੇ ਵੀ ਸਾਤੋਂ ਉਹ ਮਾਫ਼ੀ ਜਾਂ ਗਲਤੀ ਕੋਈ ਮੰਨੇ, ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਸਾਡਾ ਤਾਂ ਜੋ ਖਤਮ ਹੋਣਾ ਸੀ ਹੋ ਗਿਆ, ਜੋ 16 ਪਰਿਵਾਰ ਅਸੀਂ ਬਿਲਕ ਬਿਲਕ ਕੇ, ਸਾਨੂੰ ਪਤਾ ਇੱਕ ਦੂਜੇ ਨਾਲ ਕਿਵੇਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਇੱਥੇ ਤੱਕ ਪਹੁੰਚੇ ਹਾਂ, ਕਿਵੇਂ ਉਹ ਪਰਿਵਾਰ ਪਲੇ ਨੇ। ਹੁਣ ਅਸੀਂ ਤਾਂ ਸਿਰਫ ਇਹ ਚਾਹੁੰਦੇ ਹਾਂ ਵੀ ਭਾਈ ਉਹ ਕਵੇ ਵੀ ਮੈਂ ਮੁਲਕ ਦੇ ਕਾਨੂੰਨ ਨੂੰ ਮੰਨਦਾ, ਜੇ ਮੈਨੂੰ ਤੁਸੀਂ ਛੱਡ ਦਿਓ, ਮੈਂ ਮੁਲਕ ਦੇ ਕਾਨੂੰਨ ਦੇ ਨਾਲ ਅਮਨ ਚੈਨ ਨਾਲ ਜਿਹੜੀ ਆ ਜ਼ਿੰਦਗੀ ਬਸਰ ਕਰਨਾ ਚਾਹੁੰਦਾ। ਉਹ ਕਹਿੰਦਾ ਮੈਂ ਕਹਿਣਾ ਨਹੀਂ। ਫਿਰ ਦੱਸੋ ਫਿਰ ਕਿਹੜਾ ਕਮਲਾ ਛੱਡ ਦੂਗਾ ਉਹਨੂੰ। ਹੁਣ ਅਕਾਲੀ ਦਲ ਇਸ ਗੱਲ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਹੁਕਮ ਕਰਵਾ ਰਿਹਾ, ਉਹਨਾਂ ਨੂੰ ਵਰਤ ਰਿਹਾ ਕਿਉਂਕਿ ਉਹਨਾਂ ਦੀ ਚਾਬੀ ਆ, SGPC ਪ੍ਰਧਾਨ ਨੂੰ ਵਰਤ ਰਿਹਾ, ਉਹਨਾਂ ਦੀ ਚਾਬੀ ਆ। ਇੱਥੋਂ ਦੇਖਿਓ 31 ਤੋਂ ਬਾਅਦ ਫਿਰ ਇਹਨਾਂ ਨੇ ਇਹ ਮੁੱਦੇ ਨੂੰ ਤੇਜ਼ ਕਰਨਾ। ਪਰ ਮੈਂ ਇਹ ਹਮੇਸ਼ਾ ਇਸ ਮੁੱਦੇ ਨੂੰ ਖਤਮ ਕਰਨਾ ਚਾਹੁੰਦਾ ਵੀ ਭਾਈ, ਕਿਉਂਕਿ ਇਹਨਾਂ ਦੇ ਇੱਕ ਪ੍ਰਧਾਨ ਅਕਾਲੀ ਦਲ ਦਾ, ਕੋਈ ਹੋਰ 10 ਬੰਦੇ ਜਿਨ੍ਹਾਂ ਨੇ ਬਹੁਤ ਗੰਦੀਆਂ ਗੱਲਾਂ ਕਹੀਆਂ ਮੀਡੀਆ ਦੇ ਸਾਹਮਣੇ ਆਪਣੀ ਵੀਡੀਓ ਬਣਾ ਕੇ, ਵੀ ਭਾਈ ਮੁੰਡਿਆਂ ਨੂੰ ਉਹਨਾਂ ਨੇ ਸਾਫ਼ ਕਿਹਾ ਵੀ ਇਹਨੂੰ ਟੱਕਰੋ, ਇਹਨੂੰ ਖਤਮ ਕਰੋ, ਇਹਨੂੰ ਪਿੰਡਾਂ ਜਦੋਂ ਜਾਂਦਾ ਉਸ ਤਰੀਕੇ ਨਾਲ ਇਹਨੂੰ ਪਾਓ। ਮੈਂ ਇਹਦਾ ਮਤਲਬ ਕੀ ਆ, ਉਹ ਚਲੋ ਮੈਂ ਦੇਖ ਲੂੰਗਾ ਕਾਨੂੰਨੀ ਤਰੀਕੇ ਨਾਲ, ਜਾਂ ਮੇਰੇ 'ਚ ਇੰਨੀ ਜਾਣ ਹੈਗੀ ਆ ਵੀ ਮੈਂ ਕਿਵੇਂ ਨਜਿੱਠਣਾ ਇਹਨਾਂ ਨੂੰ ਜਿਹੜੇ ਇਹੋ ਜਿਹੀਆਂ ਧਮਕੀਆਂ ਦਿੰਦੇ ਆ। ਉਦੋਂ ਮੈਂ ਥੱਲੇ ਦੇਖਿਆ ਕਰੋ ਕਮੈਂਟ, ਕਿਵੇਂ ਬਾਹਰ ਏਜੰਸੀਆਂ ਬੈਠੀਆਂ ਜਿਹੜੀਆਂ ਉਹ ਮਾਰਨ, ਪਰਿਵਾਰ ਨੂੰ ਮਾਰਨ ਨੂੰ, ਸਾਨੂੰ ਮਾਰਨ ਨੂੰ। ਉਹ ਤਾਂ ਅਸੀਂ ਚਲੋ ਰੋਜ਼ ਜਿਹੜੇ ਆ ਉਹ ਅਟੈਕ, ਰੋਜ਼ ਸਾਰੀਆਂ ਚੀਜ਼ਾਂ ਉਹ ਝੱਲਦੇ ਹਾਂ। ਪਰ ਹੁਣ ਮੈਂ ਇਸ ਵਾਰ 24 'ਚ ਮੈਂ ਵੀ ਇਹ ਬਹੁਤ ਸੋਚ ਸਮਝ ਕੇ ਔਖੇ ਹੋ ਕੇ ਫੈਸਲਾ ਕੀਤਾ, ਕਿਉਂਕਿ ਜਿਹੜੀ 92 ਤੋਂ 96 ਤੋਂ ਬਾਅਦ ਲੋਕਾਂ ਨੂੰ ਅਮਨ ਚੈਨ ਦੀ ਜ਼ਿੰਦਗੀ ਦਿੱਤੀ, ਉਹ ਆ ਕੇ ਹੁਣ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਵੀ ਕੀ ਹੋਇਆ ਸੀ, ਉਦੋਂ ਉਹਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ। ਮੈਂ 24 'ਚ ਇਹ ਫੈਸਲਾ ਰੱਬ ਦੀ ਮਿਹਰ ਨਾਲ, ਜੋ ਪਾਰਟੀ ਜਦੋਂ ਟਿਕਟ ਦਊਗੀ, ਅਤੇ ਇਹ ਇਲੈਕਸ਼ਨ ਮੈਂ ਸਿਰਫ ਇਸੇ ਮੁੱਦੇ 'ਤੇ ਲੜਨੀ ਆ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਆ ਜੇ, ਰਾਜੂਆਣੇ ਦੀ ਭੈਣ ਆ ਜੇ, ਰਾਜੂਆਣਾ ਆ ਜੇ, ਹੋਰ ਆ ਜੇ, ਉਹ ਲੜਨਗੇ ਇਲੈਕਸ਼ਨ ਬੰਦੀ ਸਿੱਖਾਂ ਦੇ। ਉਹ ਲੜਨ ਜਿਹਨਾਂ ਨੂੰ ਬੰਦੀ ਸਿੱਖ ਉਹ ਕਹਿੰਦੇ ਆ, ਉਹ ਬੰਦੀ ਬੁੰਦੀ ਨੇ, ਉਹ ਤਾਂ ਅੱਤਵਾਦੀ ਨੇ, ਉਹ ਖਾਲਿਸਤਾਨ ਦੇ ਮੁੱਦੇ 'ਤੇ, ਇਹਨਾਂ ਦੇ ਮੁੱਦੇ 'ਤੇ ਲੜਨ। ਮੈਂ ਇਲੈਕਸ਼ਨ ਲੜੂੰਗਾ ਵੀ ਅਸੀਂ ਪੰਜਾਬ ਅਤੇ ਦੇਸ਼ ਦਾ ਝੰਡਾ ਉੱਤੇ ਰੱਖਣ ਖਾਤਰ, ਅਸੀਂ ਦੇਸ਼ ਦੇ ਕਾਨੂੰਨ ਅਤੇ ਕਾਇਦੇ ਨੂੰ, ਸੰਵਿਧਾਨ ਨੂੰ ਬਚਾਉਣ ਖਾਤਰ ਆਪਣੇ ਟੁਕੜੇ ਟੁਕੜੇ ਕਰਾਏ, ਅਸੀਂ ਉਹਦੀ ਲੜਾਈ ਲੜ ਰਹੇ ਹਾਂ। ਲੋਕ ਜੋ ਫੈਸਲਾ ਕਰਨਗੇ ਦੇਖ ਲਾਂਗੇ ਇਸੇ ਗੱਲ 'ਤੇ। ਲੋਕ ਜੇ ਮੈਨੂੰ ਫਤਵਾ ਨਹੀਂ ਦਿੰਦੇ, ਮੈਂ ਇਹਨਾਂ ਦੇ ਮੂਹਰੇ ਹੱਥ ਜੋੜ ਲੂੰ ਵੀ ਤੁਸੀਂ ਜਿੱਤੇ, ਮੈਂ ਹਾਰਿਆ ਭਾਈ, ਤੁਸੀਂ ਠੀਕ। ਤੁਸੀਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਚੈਲੰਜ ਕਰ, ਮੈਂ ਤਾਂ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਕਹਿ ਰਿਹਾ ਵੀ ਜੇ ਉਦੋਂ ਬਾਅਦ ਉਹ ਹਾਰੇ ਤਾਂ ਫਿਰ ਉਦੋਂ ਬਾਅਦ ਇਸ ਦੇਸ਼ ਦੇ ਕਾਨੂੰਨ ਦੇ ਸੰਵਿਧਾਨ ਤੋਂ ਮਾਫ਼ੀ ਮੰਗਣਗੇ ਵੀ ਭਾਈ ਅਸੀਂ ਗਲਤ ਸੀ, ਲੋਕਾਂ ਦਾ ਫਤਵਾ, ਲੋਕ ਸਹੀ ਨੇ। ਮੈਂ ਲੋਕਾਂ ਨੂੰ ਘਰ ਘਰ ਜਾ ਕੇ ਕੁੰਡਾ ਖੜਕਾਉਂ ਲੋਕਾਂ ਦਾ ਵੀ ਭਾਈ ਮੈਨੂੰ ਜੇ ਮੈਨੂੰ ਤੁਸੀਂ ਸਮਝਦੇ ਹੋ ਵੀ ਮੈਂ ਸਹੀ ਹਾਂ, ਮੇਰੇ ਦਾਦਾ ਜੀ ਨੇ ਟੁਕੜੇ ਟੁਕੜੇ ਕਰਾਏ, ਅੱਜ ਵੀ ਅਸੀਂ ਰੋਜ਼ ਸਾਨੂੰ ਇਹ ਮਾਰਨ ਨੂੰ ਫਿਰਦੇ ਆ, ਧਮਕਾਉਂਦੇ ਆ ਹਰ ਪਾਸੇ, ਰਾਜੂਆਣਾ ਉਹਨੂੰ ਛਡਾਉਣ ਨੂੰ ਕਰੋੜਾਂ ਅਰਬਾਂ ਲਈਆਂ ਰੁਪਈਆ ਇਹਨਾਂ ਨੇ SGPC ਦਾ ਲਾਇਆ ਪਿਆ, ਪਾਰਟੀ ਦਾ ਲਾਇਆ ਪਿਆ। ਅਸੀਂ
ਇਕੱਲੇ ਬੰਦੇ, ਕਿਉਂਕਿ ਯਾਰ ਹਰ ਬੰਦਾ ਕਿਵੇਂ ਇੱਕ AK-47 ਦੇ ਬੰਬ ਵਾਲਿਆਂ ਦੇ ਮੂਹਰੇ ਕੋਈ ਆਮ ਬੰਦਾ ਕਿਉਂ ਕਿਵੇਂ ਲੜ ਸਕਦਾ, ਮਰ ਜਾਣਗੇ ਘਰੇ ਆ ਕੇ। ਆਰ ਪਾਰ ਦੀ ਲੜਾਈ ਲੜੂਗੇ ਆਤੰਕਵਾਦ ਦੇ ਮੂਹਰੇ। ਮੈਂ ਕਿਹਾ ਜੀ ਆਰ ਪਾਰ ਦੀ ਦੇਸ਼ ਖਾਤਰ, ਦੇਸ਼ ਦੀ ਅਮਨ ਸ਼ਾਂਤੀ ਖਾਤਰ ਇਹ ਫੈਸਲਾ ਹੋ ਜਾਊਗਾ ਦੁਬਾਰਾ, ਕਿਉਂਕਿ ਬਹੁਤ ਸਾਲ ਹੋ ਗਏ। ਇਹ ਦੁਬਾਰਾ ਇੱਕ ਵਾਰ ਮੋਹਰ ਲਵਾਉਣੀ ਲੋਕਾਂ ਦੀ ਬਹੁਤ ਜ਼ਰੂਰੀ ਆ, ਵੀ ਇਸ ਵਾਰ ਪਤਾ ਲੱਗਣਾ ਚਾਹੀਦਾ ਵੀ ਲੋਕ ਕਿਹਦੇ ਨਾਲ ਨੇ। ਜੇ ਇਹਨਾਂ ਨਾਲ ਨੇ ਤਾਂ ਇਹਨਾਂ ਨਾਲ ਚੱਲ ਪਾਂਗੇ, ਵੀ ਤੁਸੀਂ ਸਹੀ ਹੋ, ਚਲੋ ਅੱਤਵਾਦੀਆਂ ਨਾਲ, ਚਲੋ ਖਾਲਿਸਤਾਨ। ਇਲੈਕਸ਼ਨ ਲੁਧਿਆਣਾ ਤੋਂ ਹੀ ਲੜੂੰਗੇ ਜਾਂ ਕਿਸੇ ਹੋਰ ਜਗ੍ਹਾ ਤੋਂ? ਉਹ ਤਾਂ ਕੋਈ ਗਠਬੰਧਨ ਦੀਆਂ ਚਰਚਾਵਾਂ? ਦੇਖੋ ਮੈਂ ਜੇ ਇਲੈਕਸ਼ਨ ਲੜੂੰਗਾ ਲੁਧਿਆਣੇ ਨੂੰ ਲੜੂੰਗਾ, ਨਹੀਂ ਪਾਰਟੀ ਦੇ ਵਰਕਰ ਬਣ ਕੇ ਕੰਮ ਕਰਾਂਗੇ, ਉਹ 'ਚ ਕੋਈ ਦੋ ਰਾਇ ਨਹੀਂ। ਕੋਈ ਕਿਸੇ ਚੀਜ਼ ਦਾ, ਕੋਈ ਕਿਸੇ ਚੀਜ਼ ਦਾ ਭੁਲੇਖਾ ਨਾ ਮੈਨੂੰ ਆ ਨਾ ਕਿਸੇ ਨੂੰ ਹੋਣਾ ਚਾਹੀਦਾ, ਪਰ ਮੈਂ ਇਲੈਕਸ਼ਨ ਆ ਸਿੱਧੀ ਇਸ ਵਾਰ ਇਲੈਕਸ਼ਨ ਸੁਖਬੀਰ ਸਿੰਘ ਬਾਦਲ ਨੂੰ, ਅਕਾਲੀ ਦਲ ਨੂੰ ਚੈਲੰਜ SGPC ਪ੍ਰਧਾਨ ਜਿਹੜੇ ਨੇ ਉਹਨਾਂ ਨੂੰ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਮੇਰੇ ਨਾਲ ਆ ਕੇ ਇਹ ਇੱਕ ਵਾਰ ਜਿਹੜਾ ਇਹ ਫੈਸਲਾ ਕਰ ਲਓ ਇਸ ਵਾਰ। ਮੈਂ ਵੀ ਚਾਹੁੰਦਾ ਵੀ ਲੋਕ ਦੱਸਣ ਵੀ ਲੋਕ ਅਮਨ ਸ਼ਾਂਤੀ ਵੱਲ ਨੇ, ਸ਼ਹਾਦਤਾਂ ਵੱਲ ਨੇ, ਕੁਰਬਾਨੀਆਂ ਵੱਲ ਨੇ, ਜਾਂ ਲੋਕ ਅੱਤਵਾਦੀਆਂ ਵੱਲ ਨੇ, ਜਾਂ ਲੋਕ ਜਿਹੜੇ ਲੋਕਾਂ ਨੂੰ AK-47 ਨਾਲ ਮਾਰਨ ਵਾਲੇ ਨੇ, ਬੰਬਾਂ ਨਾਲ ਮਾਰਨ ਵਾਲੇ ਨੇ, ਲੋਕ ਉਹਨਾਂ ਨਾਲ ਨੇ। ਇਸ ਵਾਰ ਫੈਸਲਾ 24 'ਚ ਮੈਂ ਇਸ ਚੀਜ਼ 'ਤੇ ਹੀ ਇਲੈਕਸ਼ਨ ਆਪਣੇ ਮੁੱਦੇ 'ਤੇ ਲੜੂੰਗਾ, ਬਾਕੀ ਗੱਲਾਂ ਚੱਲਣਗੀਆਂ ਨਾਲ ਦੀ ਨਾਲ। ਪਰ ਜਿਹੜਾ ਇਹ ਰੋਜ਼ ਸਤਾਉਂਦੇ ਆ, ਜੋ ਰੋਜ਼ ਇਹ ਬਕਵਾਸ ਕਰਦੇ ਆ, ਰੋਜ਼ ਇਹ ਬੋਲਦੇ ਆ ਪਾਰਲੀਮੈਂਟ ਤੋਂ ਲੈ ਕੇ, ਜਿਨ੍ਹਾਂ ਦਾ ਚੀਚੀ ਦਾ ਖੂਨ ਵੀ ਨਹੀਂ ਕਦੇ ਡੁੱਲਿਆ, ਉਹਨਾਂ ਦਾ ਇਸ ਵਾਰ ਫੈਸਲਾ ਜਿਹੜਾ ਉਹਨਾਂ ਨਾਲ ਕਰ ਲੈਣਾ ਹੈ। ਇੱਕ ਵਿਰਸਾ ਸਿੰਘ ਬਲਟੂਆ ਜੀ ਨੇ ਇੱਕ ਵੀਡੀਓ ਦਾ ਜ਼ਿਕਰ ਕੀਤਾ, ਤੁਹਾਡੀ ਇੱਕ ਵੀਡੀਓ ਪਾਈ, ਉਹਦੇ ਵਿੱਚ ਕਿਸਾਨੀ। ਮੈਂ ਨਹੀਂ ਜੀ ਕਦੇ ਵੀ ਐਸੀ ਗੱਲ ਕੀਤੀ, ਨਾ ਮੈਂ ਕਰਾਂ ਜੀ। ਮੈਂ ਤੁਹਾਨੂੰ ਰੋਜ਼ ਕਹਿਣਾ ਹੈ, ਉਹ ਵੀਡੀਓ ਜੇ ਕੱਢ ਕੇ ਕੋਈ ਪਾਈ ਹੈ ਤਾਂ ਉਹਨੂੰ ਕੀ ਮੈਂ ਕਰਾਂ? ਮੈਂ ਤੁਹਾਨੂੰ ਰੋਜ਼ ਕਹਿਣਾ ਹੈ, ਉਹ ਪੁਰਾਣੀ ਵੀਡੀਓ ਕੱਲ ਉਹਦੇ ਨਾਲ ਕੀ ਕਰਨਾ ਚਾਹੁੰਦੇ ਆ, ਉਹ ਸਾਬਤ ਕੀ ਕਰਨਾ ਚਾਹੁੰਦੇ ਆ? ਮੈਂ ਜਦੋਂ ਕਹਿਣਾ, ਮੈਂ ਸਵਾਲ ਕੋਈ ਵੀਡੀਓ ਪਾਉਣ। ਇੱਕ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਆ ਮਾਫ਼ੀ ਮੰਗੀ, ਉਹਨਾਂ ਨੇ ਕਿਹਾ ਕਿ ਜਿਹੜੇ ਪੁਰਾਣੇ ਅਕਾਲੀ ਦਲ ਦੇ ਜਿਹੜੇ ਵਰਕਰ ਹੈਗੇ ਨੇ, ਲੀਡਰ ਹੈਗੇ ਨੇ, ਉਹ ਇੱਕ ਪਲੇਟਫਾਰਮ 'ਤੇ ਆ ਜਾਓ। ਤਾਂ ਕੀ ਲੱਗਦਾ ਕਿ ਅਕਾਲੀ ਦਲ ਜਿਹੜਾ ਆ ਹੁਣ ਉਹ ਮਾਫ਼ੀ ਸਿਰਫ ਆਪਣਾ ਖਾਤਮਾ ਹੁੰਦੇ ਦੇਖ ਕੇ, ਆਪਣੇ ਸਰਵਾਈਵਲ ਲਈ, ਆਪਣੇ ਆਪ ਨੂੰ ਬਚਾਉਣ ਲਈ ਮਾਫ਼ੀ ਮੰਗੀ ਆ? ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਮਾਫ਼ੀ ਨਹੀਂ ਮੰਗੀ। ਉਹ ਨੌਜਵਾਨ ਜਿਹੜੇ ਦੋ ਗੁਰਸਿੱਖ ਬੈਠੇ ਸੀਗੇ ਉਹਨਾਂ ਨੂੰ ਮਾਰਿਆ, ਉਹਦੀ ਮਾਫ਼ੀ ਨਹੀਂ ਮੰਗੀ। ਉਹਨੇ ਮਾਫ਼ੀ ਸਿਰਫ ਮੰਗੀ ਆ ਵੀ ਮੇਰਾ ਜਿਹੜਾ ਮੁੱਦਾ ਵੱਜ ਗਿਆ ਭਾਂਡਾ, ਉਹਨੂੰ ਕਿਵੇਂ ਬਚਾਉਣਾ, ਉਹਦੇ ਲਈ ਉਹਦੇ ਮਾਫ਼ੀ ਮੰਗੀ ਆ। ਲੋਕ ਸਮਝਦੇ ਆ।